ਸਭ ਤੋਂ ਪਹਿਲਾਂ ਟੀ ਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਬੱਬਰ ਸ਼ੇਰਾਂ ਨੇ ਆਖਿਆ ਸੀਗਾ ਵੀ ਮਿੱਟੀ ਦੀ ਟਰਾਲੀਆਂ ਨਾਲ ਆਪਾਂ ਬੁੱਢਾ ਨਾਲ ਭਰਾਂਗੇ, ਪਰ ਬੱਬਰ ਸ਼ੇਰਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਟੀ ਟੂ ਬਾਣੀਆਂ ਰੌਲਾ ਨਾ ਪਾ ਕਰਾਂ, 14 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ। ਚੰਡੀਗੜ੍ਹ ਦੇ ਵਿੱਚ ਮੈਂ ਜਦੋਂ ਦੇਖਿਆ ਮੀਟਿੰਗ ਦੇ ਵਿੱਚ ਵੱਡੇ ਵੱਡੇ ਲੀਡਰ ਬੈਠੇ ਸੀਗੇ ਜਿਹੜੇ 20-20 ਸਾਲਾਂ ਤੋਂ ਜਿਹਨੇ ਸਭ ਤੋਂ ਪਹਿਲਾਂ ਟੀ ਟੂ ਬਾਣੀਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਬੱਬਰ ਸ਼ੇਰਾਂ ਨੇ ਆਖਿਆ ਸੀਗਾ ਵੀ ਮਿੱਟੀ ਦੀ ਟਰਾਲੀਆਂ ਨਾਲ ਆਪਾਂ ਬੁੱਢਾ ਨਾਲ ਭਰਾਂਗੇ, ਪਰ ਬੱਬਰ ਸ਼ੇਰਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਟੀ ਟੂ ਬਾਣੀਆਂ ਰੌਲਾ ਨਾ ਪਾ ਕਰਾਂ, 14 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ। ਚੰਡੀਗੜ੍ਹ ਦੇ ਵਿੱਚ ਮੈਂ ਜਦੋਂ ਦੇਖਿਆ ਮੀਟਿੰਗ ਦੇ ਵਿੱਚ ਵੱਡੇ ਵੱਡੇ ਲੀਡਰ ਬੈਠੇ ਸੀਗੇ ਜਿਹੜੇ 20-20 ਸਾਲਾਂ ਤੋਂ ਜਿਨ੍ਹਾਂ ਨੂੰ ਬੁੱਢਾ ਨਾਲ ਦਿਖਿਆ ਹੀ ਨਹੀਂ ਗਾ, ਅੱਜ ਉਹ ਉੱਥੇ ਮੀਟਿੰਗਾਂ ਕਰ ਰਹੇ ਆ ਅਤੇ ਬਿਸਲੇਰੀ ਦਾ ਪਾਣੀ ਪੀ ਪੀ ਕੇ, ਯਾਨੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਬਿਸਲੇਰੀ ਦਾ ਪਾਣੀ ਇਹਨੇ ਲੰਘਿਆ ਕਿੱਥੇ, ਕਿਵੇਂ ਲੰਘਦਾ ਵਾ ਗਲੇ ਵਿੱਚੋਂ ਜਦੋਂ ਗੱਲ ਬੁੱਢੇ ਨਾਲੇ ਦੀ ਹੋ ਰਹੀ ਹੋਵੇ ਅਤੇ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਰਹੇ ਹੋਣ ਕਰਾਂ। ਉੱਥੇ ਮੀਟਿੰਗ ਦੇ ਵਿੱਚ ਹੋਈ, ਉਸ ਤੋਂ ਬਾਅਦ ਵੀ ਸੌਂਗੇ ਕਰਾਂ। ਟੀ ਟੂ ਬਾਣੀ ਨੇ ਬਥੇਰਾ, ਤੁਹਾਨੂੰ ਪਤਾ, ਪਾਪੜੇ ਵੇਲੇ ਆ ਬੁੱਢੇ ਨਾਲੇ ਵਾਸਤੇ ਕਰਾਂ। ਮੈਂ ਤਾਂ ਅੱਜ ਸਮਾਜ ਸੇਵੀਆਂ ਨੂੰ, ਵੱਡਿਆਂ ਨੂੰ ਬੇਨਤੀ ਕਰਨ ਆਇਆ ਵਾਂ, ਬੱਬਰ ਸ਼ੇਰਾਂ ਨੂੰ ਬੇਨਤੀ ਕਰਨ ਆਇਆ ਵਾਂ ਵੀ ਜਿਹੜਾ ਤੁਸੀਂ ਮਿੱਟੀ ਦੇ ਟਰਾਲੀ ਦਾ ਆਖਿਆ ਸੀਗਾ ਉਹ ਤਰੀਕ ਦੱਸੋ ਸਾਨੂੰ, ਅਸੀਂ ਵੀ ਚਿੜੀਆਂ ਹੈਗੀਆਂ ਨੇ, ਅਸੀਂ ਵੀ ਟਰਾਲੀਆਂ ਲੈ ਕੇ ਆਉਣੀਆਂ ਨੇ ਅਤੇ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ। ਜੇ ਬੱਬਰ ਸ਼ੇਰਾਂ ਨੇ ਨਾ ਟਾਈਮ ਦਿੱਤਾ ਮਿੱਟੀ ਪਾਉਣ ਦਾ, ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਚਿੜੀਆਂ ਹੈਗੀਆਂ ਨੇ ਉਹ ਵੀ ਮਿੱਟੀ ਦੇ ਟਰਾਲੀਆਂ ਲੈ ਕੇ ਭਰ ਦੇਣਗੀਆਂ ਕਰਾਂ, ਫਿਰ ਤੁਸੀਂ ਘਰੇ ਬੈਠੇ ਰਹੋ ਬੱਬਰ ਸ਼ੇਰੋ ਕਰਾਂ। ਅਸੀਂ ਤਾਂ ਸੋਚਦੇ ਹਾਂ ਵੀ ਬੱਬਰ ਸ਼ੇਰ ਸਾਡੇ ਮੂਹਰੇ ਲੱਗਣ ਵੀ ਚਿੜੀਆਂ ਦਾ ਨਾ ਖਾਤਮਾ ਹੋਵੇ, ਕਿਉਂਕਿ ਚਿੜੀਆਂ ਨੂੰ ਖਤਰਾ ਵਾ। ਅਤੇ ਬਾਕੀ ਭਗਵੰਤ ਮਾਨ ਜੀ ਦਾ ਵੀ ਮੀਟਿੰਗ ਕੀਤੀ ਆ, ਕਹਿੰਦੇ 3 ਚਰਨਾਂ ਦੇ ਵਿੱਚ ਅਸੀਂ ਬੁੱਢਾ ਨਾਲਾ ਸਾਫ਼ ਕਰਾਂਗੇ, ਜਿਹੜਾ ਕਿ ਬਿਲਕੁਲ ਯਾਨੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵਗਰਾ। ਕਰੋਨਾ ਨੇ 3 ਦਿਨਾਂ 'ਚ ਕਰਤਾ ਸੀਗਾ, ਆਹ 3 ਚਰਨ ਕਹਿ ਰਹੇ ਆ, ਚਰਨ ਵੀ ਨਹੀਂ ਦੱਸ ਰਹੇ ਵੀ ਪਹਿਲਾ ਚਰਨ ਕਿੰਨੇ ਸਾਲਾਂ ਦਾ ਹੋਊਗਾ, ਦੂਜਾ ਕਿੰਨੇ ਸਾਲਾਂ ਦਾ ਹੋਊਗਾ। ਫਿਰ ਕਹਿੰਦੇ ਆ ਜੀ ਬੁੱਢੇ ਨਾਲ ਦਾ ਟੀ ਡੀ ਐਸ ਘਟਾਵਾਂਗੇ, ਯਾਨੀ ਗੰਦ ਨਹੀਂ ਘਟਾਉਣਾ, ਟੀ ਡੀ ਐਸ ਘਟਾਵਾਂਗੇ। ਅਤੇ ਜਿਹੜੇ ਉਹਦੇ ਵਿੱਚ ਪਾਣੀ ਪਾ ਰਹੇ ਨੇ ਗਰਾਂ ਗੰਦਾ, ਉਹਨਾਂ ਨੂੰ ਰੋਕਣ ਵਾਸਤੇ ਕੋਈ ਉਪਰਾਲਾ ਨਹੀਂ ਆ, ਉਹਨਾਂ 'ਤੇ ਕੋਈ ਪਰਚਾ ਨਹੀਂ ਆ, ਉਹ ਕਹਿੰਦੇ ਤੁਸੀਂ ਸਿੱਟੀ ਚਲੋ ਅਸੀਂ ਸਾਫ਼ ਕਰਾਂਗੇ। ਅਤੇ ਮੈਂ ਤਾਂ ਅੱਜ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮੈਂ ਸਮਾਜ ਸੇਵੀਆਂ ਦੇ ਵੱਡਿਆਂ ਦੇ ਜਿਹੜੇ ਹੈਗੇ ਆ ਸਾਡੇ, ਉਹਨਾਂ ਦੇ ਮੈਂ ਮੂੰਹ ਵੀ ਨਹੀਂ ਦੇਖ ਰਿਹਾ ਮਗਰਾਂ, ਅਤੇ ਵੀ ਜੇ ਕਦੋਂ ਟਰਾਲੀ ਦੀ ਲੈ ਕੇ ਆਉਣਗੇ ਟਰਾਲੀਆਂ, ਅਤੇ ਟੀ ਟੂ ਬਾਣੀਆਂ ਵੀ ਤਿਆਰ ਆ ਚਿੜੀਆਂ। ਜੇ ਉਹ ਨਹੀਂ ਆਏ ਫਿਰ ਟੀ ਟੂ ਬਾਣੀਆਂ ਜਿਨ੍ਹਾਂ ਨੂੰ ਤੁਸੀਂ ਪੱਤਰਕਾਰ ਵੀਰ ਚਿੜੀਆ ਆਖਦੇ ਹੋ ਗਰਾਂ, ਉਹ ਆਪਦੀਆਂ ਟਰਾਲੀਆਂ ਲੈ ਕੇ ਆਉਣਗੇ ਮਿੱਟੀ ਦੀਆਂ, ਫਿਰ ਪ੍ਰਸ਼ਾਸਨ ਨੇ ਜੋ ਕਰਨਾ ਹੋਵੇ ਕਰ ਲਊਗਾ ਗਰਾਂ। ਵੈਸੇ ਜੇ ਉਹਦੇ ਵਿੱਚ ਗੰਦਾ ਪਾਣੀ ਪਾਉਣਾ, ਉਹਦੇ ਵਿੱਚ ਕੈਮੀਕਲ ਦਾ ਪਾਣੀ ਪਾਉਣਾ ਕੋਈ ਗੁਨਾਹ ਨਹੀਂ ਆ, ਤਾਂ ਮਿੱਟੀ ਪਾਉਣਾ ਵੀ ਕੋਈ ਗੁਨਾਹ ਨਹੀਂ ਆ ਗਰਾਂ। ਸਾਡੇ ਕਿਸਾਨ ਜਥੇਬੰਦੀਆਂ ਵਾਲੇ ਧਰਨੇ ਲਾਈ ਬੈਠੇ ਆ ਵੀਰ, ਧਰਨੇ ਲਾਈ ਬੈਠੇ ਆ, ਯਾਨੀ ਸੜਕਾਂ 'ਤੇ ਸਰਕਾਰੀ ਪ੍ਰੋਪਰਟੀ ਨੂੰ ਰੋਕ ਰੋਕ ਕੇ ਬੈਠੇ ਆ, ਜਿਹਦੇ ਨਾਲ ਲੋਕ ਪਰੇਸ਼ਾਨ ਹੋ ਰਹੇ ਆ। ਅਤੇ ਜੇ ਆਹ ਕੰਮ ਕਰ ਸਕਦੇ ਆ ਕਿਸਾਨ ਜਥੇਬੰਦੀਆਂ ਵਾਲੇ, ਤਾਂ ਬੁੱਢਾ ਨਾਲਾ ਕਿਉਂ ਨਹੀਂ ਬੰਦ ਕਰ ਸਕਦੇ? ਬੁੱਢਾ ਨਾਲਾ ਬੰਦ ਕਰਨ ਨਾਲ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ, ਲੋਕਾਂ ਨੂੰ ਸਭ ਸੁਵਿਧਾ ਹੋਊਗੀ ਨਾ। ਪਰ ਜਿਹੜਾ ਵੀ ਲੋਕ ਆਉਂਦਾ ਵਾ, ਜਦੋਂ ਵੀ ਮੁੱਦੇ ਬੁੱਢੇ ਨਾਲ ਦਾ ਮਸਲਾ ਗਰਮ ਹੁੰਦਾ ਵਾ, ਲੀਡਰ ਸਿਆਸਤ ਕਰਦੇ ਆ। ਅਤੇ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਸਮਾਜ ਸੇਵੀਆਂ ਨੂੰ ਵੀ ਹੁਣ ਆਪਣੇ ਇਮਤਿਹਾਨ ਦਾ ਦੀ ਘੜੀ ਆ ਸਮਾਜ ਸੇਵੀਓ। ਤੁਸੀਂ ਵੇਰਕਾ ਮਿਲਕ ਪਲਾਂਟ ਦੇ ਕੋਲ ਖੜ੍ਹ ਕੇ ਬੜੇ ਯਾਨੀ ਨਾਅਰੇ ਮਾਰੇ ਸੀਗੇ, ਅਤੇ ਹੁਣ ਕਦੇ ਐਂ ਨਾ ਹੋਵੇ ਲੋਕ ਕਹਿਣ ਵੀ ਸਮਾਜ ਸੇਵੀ ਵੀ ਲੀਡਰਾਂ ਵਾਂਗੂ ਹੀ ਆ, ਗੱਲਾਂ ਕਰਕੇ ਯਾਨੀ ਬੁੱਢਾ ਨਾਲਾ ਮਿੱਟੀ ਨਾਲ ਭਰਤਾ, ਜਿਵੇਂ ਗੱਲਾਂ ਕਰਕੇ ਲੀਡਰਾਂ ਨੇ ਬੁੱਢਾ ਨਾਲਾ ਯਾਨੀ ਸਾਫ਼ ਕਰਤਾ ਕਰਾਂ। ਬਾਈ ਜੀ, ਹੁਣ ਤੁਸੀਂ ਮੈਂ 15 ਦਿਨਾਂ ਨੂੰ ਇੱਕ ਵਾਰੀ ਮੈਂ ਇਹਨਾਂ ਨੂੰ ਫਿਰ ਜਗਾਉਣ ਆਊਂਗਾ, ਕਿਉਂਕਿ ਦੇਖੋ ਸਮਾਜ ਸੇਵੀ ਵੱਡਿਆਂ ਦਾ ਮੈਨੂੰ ਵੀਰਾਂ ਦਾ ਫੋਨ ਆਇਆ ਵਾ, ਮੈਂ ਉਹਨਾਂ ਦਾ ਤੈਂ ਤੋਂ ਯਾਨੀ ਧੰਨਵਾਦ ਕਰਦਾ ਵਾਂ। ਇੱਕ ਵਾਰੀ ਫਿਰ ਮੈਂ ਇਹਨਾਂ ਨੂੰ ਜਗਾਉਣ ਆਊਂਗਾ, ਜੇ ਨਾ ਜਾਗੇ ਫਿਰ ਟੀ ਟੂ ਬਾਣੀ ਆਪਣਾ ਕੰਮ ਕਰੂਗਾ ਗਰਾਂ, ਫਿਰ ਸਰਕਾਰਾਂ ਨੇ ਆਪਣਾ ਕੰਮ ਕਰਨ ਅਤੇ ਡੀ ਸੀ ਸਾਹਿਬ ਆਪਣਾ ਕੰਮ ਕਰੇ, ਆਪਦੇ ਆਪਦੇ ਕੰਮ 'ਤੇ ਅਸੀਂ ਹਰੇਕ ਕੰਮ ਲੱਗਾਂਗੇ।